ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਫਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਭਵਿ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗੁਰੂ ਨਾਨਕ ਲਈ ਧਿਆਏ ਸ੍ਰੀ ਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਉ ਸਿਮਰਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅੰਡਿੱਠ ਕੀਤਾ
ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਾ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਿਮਾਣੀਆਂ ਦੇ ਮਾਣ। ਨਿਤਾਣੀਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜ਼ੂਰ ਸ਼ਾਮ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਅੰਦਰ ਸੋਦਰ ਰਹਿਰਾਜ ਸਾਹਿਬ ਜੀਆਂ ਦੇ ਪਾਠ ਜੀ ਕੀ ਅਰਦਾਸ ਹੈ। ਸਤਿਗੁਰੂ ਜੀ ਆਖਰ ਵਾਧਾ ਘਾਟਾ, ਫੁੱਲ ਚੁੱਕ ਮੁਆਫ ਕਰਨੀ, ਅਗਾਂਹ ਤੋਂ ਸੁਧ ਸਪਸ਼ਟ ਬਾਣੀ, ਪੜ੍ਹਨ ਸੁਣਨ ਦਾ ਬਲ ਸੁਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ, ਸਤਿਗੁਰੂ ਜੀਓ ਆਪ ਜੀਆਂ ਦਾ ਮਹਾਂਵਾਕ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦੇ ਮਹਾਂਵਾਕ ਅਨੁਸਾਰ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ, ਦਰ ਘਰ ਦੇ ਸੇਵਕ, ਓਟ ਆਸਰਾ ਸੇਵਾ ਸੁਸਾਇਟੀ ਯਮੁਨਾ ਨਗਰ ਵੱਲੋਂ ਸਤਿਗੁਰੂ ਜੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਸ ਸਥਾਨ 'ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਸਮਾਗਮ ਆਰੰਭ ਕਰਨ ਦੀ ਆਗਿਆ ਬਖਸ਼ੋ। ਸਤਿਗੁਰੂ ਜੀ ਅੰਗ ਸੰਗ ਸਹਾਇਤਾ ਕਰਨੀ, ਆਪਣੇ ਸੇਵਕਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ। ਸਰਬੱਤ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦੀਆਂ ਸੁਭ ਮਨੋਕਾਮਨਾ ਭਾਵਨਾਵਾਂ ਪੂਰੀਆਂ ਕਰਨੀਆਂ, ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀ ਕੜਾਹ ਪ੍ਰਸਾਦ ਦੀ ਦੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ।
ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ, ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੀ, ਖੁਆਰ ਹੋਏ ਸਭ ਮਿਲਾਂਗੀ। ਬੋਲੀ ਸੋ ਨਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ, ਖਾਲਸਾ ਅਕਾਲ ਪੁਰਖ ਕੀ ਫੋ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀਰੀ, ਮੈਂ ਨਾ ਕਰੋਂ ਇਨਕੀ ਪਰਤੀ। ਸੁਕਹੁ ਟਲ ਗੁਰ ਸੇਵੀਐ, ਦਰਸ਼ਨ ਪਰਸਿਐ ਗੁਰੂ ਕੈ, ਹੋਵੇ ਸਿਫਤ ਖਸਮ ਦੀ। ਤੁਧ ਡਿਠੀ ਸੱਚੀ ਪਾਤਸ਼ਾਹ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ।
ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰ ਨ ਜਾਣੈ ਦੂਜੇ ਭਾਏ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨਸੁਰਾ ਤਿਨਹੋਂ ਕੁਰਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਓਟ ਆਸਰਾ ਸੇਵਾ ਸੁਸਾਇਟੀ ਯਮੁਨਾਨਗਰ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਸੋ ਹੁਣ ਸਮਾਗਮਾਂ ਦੀ ਆਰੰਭਤਾ ਹੈ। ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਇਸ ਸਥਾਨ ਦੇ ਹਜ਼ੂਰੀ ਰਾਗੀ ਆਪ ਸੰਗਤਾਂ ਨੂੰ ਤਕਰੀਬਨ 8 ਵਜੇ ਤੱਕ ਗੁਰਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰਨਗੇ। ਔਰ ਸਾਰਿਆਂ ਨੂੰ ਬੇਨਤੀ ਹੈ ਵੀ ਥੋੜ੍ਹਾ ਦਰਬਾਰ ਦੀ ਟਿਕਾ ਬਣਾਓ ਔਰ ਖਾਸ ਕਰਕੇ ਜਦੋਂ ਵੀ ਦਰਬਾਰ ਵਿੱਚ ਕੋਈ ਪ੍ਰੋਗਰਾਮ ਚੱਲਦਾ ਉਸ ਵੇਲੇ ਬੰਦਾ ਬੋਲ ਕੇ ਕੋਈ ਗੱਲ ਨਹੀਂ ਕਰ ਸਕਦਾ, ਕੇਵਲ ਇਸ਼ਾਰੇ ਮਾਤਰ, ਉਹ ਕੋਈ ਵੀ ਹੋਵੇ। ਔਰ ਖਾਸ ਕਰਕੇ ਜਦੋਂ ਹੁਕਮਨਾਮਾ ਹੁੰਦਾ ਹੋਵੇ ਅਤੇ ਅਰਦਾਸ, ਉਦੋਂ ਸਾਰਿਆਂ ਨੂੰ ਟਿਕਣਾ ਚਾਹੀਦਾ। ਜਿਹੜੇ ਨਹੀਂ ਟਿਕ ਸਕਦੇ ਉਹ ਬਾਹਰ ਜਾ ਸਕਦੇ। ਧਿਆਨ ਰੱਖਿਆ ਕਰੋ ਹੁਕਮਨਾਮਾ ਅਤੇ ਅਰਦਾਸ ਵਿੱਚ। ਸੋ ਆਓ ਸਮਾਗਮਾਂ ਦੀ ਆਰੰਭਤਾ ਕਰੀਏ। ਜਕਾਰੇ ਦੇ ਨਾਲ ਸਾਰੇ ਪ੍ਰਵਾਨਗੀ ਦਿਓ। ਬੋਲੇ ਸੋ ਨਿਹਾਲ ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸ੍ਰੀ ਵਾਹਿਗੁਰੂ 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 ਗੁਰੂ ਸਾਹਿਬ ਜੀ ਨਾਸ਼ਰੀ ਮਹੱਲਾ ਪਹਿਲਾ ਆਰਤੀ ਇੱਕ ਸਤਿਗੁਰ ਪ੍ਰਸਾਦ ਗਗਨ ਮੈਂ ਵੈਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਵਿਵੀ ਧੂਪ ਮਲ ਆਨ ਲੋ ਪਵਣ ਜਬ ਰੋ ਕਰੇ ਸਗਲ ਮਨ ਰਾਏ ਬੁਲੰਤ ਜੋਤੀ ਵੀ ਆਰਤੀ ਗੋਏ ਅਬ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਮੇਰੀ ਰਹਾਉ ਸਹਸ ਨੈਣ ਨਨ ਨੈਣ ਹੈ ਸਹਸ ਮੂਰਤ ਨੰਨਾ ਸਹਸ ਪਦ ਵਿਮਲ ਨੰਦ ਕੀਰਤ ਪਦ ਗੰਧ ਸਹਸ ਤਵ ਗਿਵ ਚਾਲਕ ਹੋਗੀ ਸਭ ਮੈਂ ਜੋਤ ਜੋਤ ਸੁਸਦ ਚਾਨਣ ਗੁਰਸਾ ਤੇਰਾ ਕੇਸਰ ਲੈ ਚੁਣਾ ਮਾਰੇ
ਜਪੈ ਨਾਮ ਲੈ ਤੁਝੈ ਕੋ ਚਾਰੇ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੈ ਮਾਹੇ ਪਸਾਰ ਨਾਮ ਤੇਰੇ ਕਿਵੀ ਪਾਵਲ ਤੇਰਾ
ਸਭਿਆ ਯਾਤੇ ਪ੍ਰਸੰਨ ਪਾਏ ਹੈ ਮਹਾਮੁਨ ਦੇਵਨ ਮੈਂ ਤਪ ਹੈ ਸੁਖ ਪਾਵ ਜਗ ਕਰ ਇੱਕ ਵੇਦ ਰਹਿ ਪਾਵ ਤਪ ਹਰ ਮਿਲ ਹਲ ਤਲ ਮਰਦੰਗ ਉਪੰਗ ਸਗਲ ਦੁਆਰ ਕੋ ਛਾਡ ਕੇ ਗਏ ਤੁਹਾਰੋ ਦੁਆਰ ਐਸੇ ਚੜ ਪ੍ਰਤਾਪ ਤੇ ਦੇਵਨ ਵੱਡਿਓ ਪ੍ਰਤਾਪ ਚਤਰ ਚੱਕਰਵਰਤੀ ਚਤਰ ਚੱਕ ਸਦਾ ਅੰਗ ਸੰਗੀ
ਸਦਾਯੰਗ ਸੰਗੇ ਅਭੰਗੰ ਵਿਭੂਤੇ। ਬਿਨ ਗੋਰ ਪੋਰੇ ਨਾਹੀ ਹੋ
ਸੰਗ ਪਾਇਓ, ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਗੁਰੂ ਘਰ ਦੇ ਸੇਵਦਾਰ ਓਟ ਆਸਰਾ ਸੇਵਾ ਸੁਸਾਇਟੀ ਅਤੇ ਸਮੂਹ ਮਾਡਲ ਟਾਊਨ ਸਿੰਘ ਸਭਾ ਨਹਿਰੂ ਪਾਰਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪ ਸੰਗਤਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਨੌਜਵਾਨ ਬੱਚੇ ਉਪਰਾਲਾ ਕਰਦੇ ਹਨ। ਸੋ ਅੱਜ ਦਾ ਦਿਨ ਜੋ ਕਿ ਇੱਥੇ ਅੰਮ੍ਰਿਤਮਈ ਕੀਰਤਨ ਦਰਬਾਰ, ਜਿਸ ਵਿੱਚ ਪੰਥ ਦੇ ਮਹਾਨ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬਵੀਹਾ ਦਿੱਲੀ ਵਾਲੇ, ਉਹਨਾਂ ਨੇ ਵੀ ਪੁੱਜਣਾ ਹੈ। ਆਪ ਲੋਕ ਸਾਰੇ ਸੰਗਤ ਰੂਪ ਬਾਣੀ ਕੀਰਤਨ ਚੈਨਲ 'ਤੇ ਲਾਈਵ ਘਰਾਂ ਵਿੱਚ ਵੀ ਦੇਖ ਰਹੇ ਹੋ। ਸੋ ਗੁਰੂ ਘਰ ਦੀ ਸ਼ੋਭਾ ਹੈ। ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ।
ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇਖਾ ਲਹਿਣ। ਗੁਰੂ ਕੀ ਸੰਗਤ ਵਿੱਚ ਆ ਕੇ ਜੁੜੀਏ, ਗੁਰੂ ਕੀ ਗੋਦ ਵਿੱਚ ਆ ਕੇ, ਗੁਰੂ ਕੇ ਸਨਮੁਖ ਹੋ ਕੇ ਬੈਠੀਏ, ਕਿਉਂਕਿ ਆਪਾਂ ਸਾਰੇ ਹੀ ਖਾਲਸਾ ਸਿਰਜਣਾ ਦਿਵਸ ਨੂੰ ਸਮਰਪਿਤ ਇਹ ਅੱਜ ਕੀਰਤਨ ਦਰਬਾਰ ਹੋਣੇ ਹਨ। ਸਤਿਗੁਰ ਦੀ ਆਪ ਸੇਵਾ ਲੈਣ ਬੱਚਿਆਂ ਪਾਸੋਂ ਸੋ ਸੰਗਤ ਦੇ ਚਰਣਾਂ ਵਿੱਚ ਬੇਨਤੀ ਹੈ, ਜੇਕਰ ਬਾਹਰ ਜੋ ਇਸ ਤਰ੍ਹਾਂ ਹੀ ਘੁੰਮ ਰਹੇ ਜਾਂ ਖੜ੍ਹੇ ਹਨ, ਗੁਰੂ ਕੀ ਗੋਦ ਵਿੱਚ ਆ ਕੇ ਜੁੜਨ, ਕਿਉਂਕਿ ਇਹ ਸੁਭਾਗ ਮਿਲਿਆ ਹੈ। ਮਹਾਰਾਜ ਕਹਿੰਦੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੇ ਕਿਤੇ ਇਹ ਨਾ ਹੋਏ ਅਸੀਂ ਘਰੋਂ ਤੇ ਆ ਗਏ ਹਾਂ। ਜੇ ਬਾਹਰ ਆ ਕੇ ਮੇਲਾ ਰੂਪ ਵੇਖ ਕੇ ਬਾਹਰ ਹੀ ਘੁੰਮਦੇ ਰਹਿ ਗਏ ਜਾਂ ਕਿਤੇ ਤਨ ਕਰਕੇ ਬਹਿ ਗਏ, ਮਨ ਕਰਕੇ ਨਾ ਬੈਠੇ, ਮਹਾਰਾਜ ਸੱਚੇ ਪਾਤਸ਼ਾਹ ਇੱਕ ਸ਼ਬਦ ਵਿੱਚ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਖਿਆ ਸਮਾਏ, ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਚਰਣੀ ਤਾਂ ਕਾ ਮਨ ਲਾ। ਮਹਾਰਾਜ ਕਹਿੰਦੇ ਤਨ ਕਰਕੇ ਇਕੱਲਾ ਨਾ ਇੱਥੇ ਹਾਜ਼ਰੀ ਭਰਵਾਈ, ਮਨ ਕਰਕੇ ਗੁਰ ਕੇ ਸ਼ਬਦ ਰੂਪੀ ਚਰਣਾਂ ਵਿੱਚ ਮਨ ਜੋੜੀ, ਤੇਰਾ ਆਇਆ ਸਫਲ ਹੋਏਗਾ। ਇਸ ਲਈ ਆਓ, ਕੀਰਤਨ ਦੀ ਪ੍ਰਾਰੰਭਤਾ ਹੋ ਚੁੱਕੀ ਹੈ, ਜੋ ਵੀ ਬਾਹਰ ਘੁੰਮ ਰਹੇ ਹਨ ਮੇਰੀ ਬੇਨਤੀ ਹੈ ਅੰਦਰ ਗੁਰੂ ਕੀ ਗੋਦ ਵਿੱਚ ਆਣ ਕੇ ਸੱਜਣ। ਆਓ ਸਭ ਤੋਂ ਪਹਿਲਾਂ ਤੁਧ ਆ ਗਈ ਅਰਦਾਸ ਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਸੱਚੇ ਪਾਤਸ਼ਾਹ, ਤੇਰੇ ਨਾਮ ਦੀਆਂ ਵਡਿਆਈਆਂ ਨੇ ਸਾਡੀ ਅਰਦਾਸ ਗੈ, ਕੋਈ ਨਾ ਉਹ ਨਾ ਜਾਣੇ ਮੇਰਾ। ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ, ਤੁਧ ਆ ਗਏ ਅਰਦਾਸ ਹਮਾਰੀ, ਤੁਧ ਆ ਗਏ ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ, ਅਰਦਾਸ ਹਮਾਰੀ।
ਅਰਦਾਸ ਹਮਾਰੀ ਤੇਰਾ
अरदास हमारी अरदास हमारी अरदास हमारी का कहे कबीर गुलाम कर जी
ਆਏ ਭਾਵੇਂ ਮਾਵਾ ਹਰਦਾਸ ਹਮਾਰੇ
ਪਿਆਰੀ ਅਰਦਾਸ ਹਮਾਰੀ ਮੇਰੇ ਰਾਵਾ
ਅੰਤਰ ਜਾਮੀ ਮੇਰੇ ਰਾਮ ਜੀ ਮੇਰੇ ਰਾਮ ਜੀ ਕਰ ਕਿਰਪਾ ਗੁਰਦੇਵ ਦਿਆਲਾ ਸਾਰੇ ਗੱਜ ਕੇ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸਵਾਮੀ ਸਫਲ ਜਨਮ ਤਿਸ ਕਾ ਜਗ ਭੀਤਰ ਨਾ ਕਰੇ ਪ੍ਰਭ ਸਾਧ ਸੰਗ ਨਾਉ ਜਾਪੇ ਸਾਧ ਸੰਗ ਨਾਉ ਸਗਲ ਮਨੋਰਥ ਤਿਸ ਕੇ
ਕਿਰਪਾ
ਕਰ ਕਿਰਪਾ ਗੁਰ ਸਤਿਗੁਰ ਦਇਆ ਕਰੇ ਸੁਖ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਐਸ ਰਾਜ ਛੋੜਿਓ ਦੂਜਾ ਕੌਣ ਪਿਆਰੀਐ ਛਤਨਾ ਛਤਰ ਧਾਰੀ ਛਤਰ ਪਾਪ ਛੈ
राजन के
ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹਿਲਾ ਵਾਹ
ਵਾਹਿਗੁਰੂ 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 ਪ੍ਰਭ ਡੋਰੀ ਹਾਰ ਤੁਮਾਰੀ ਪ੍ਰਭ ਡੋਰੀ ਹਾਰ ਤੁਮਾਰੇ ਜਪ ਲੋ ਪ੍ਰਭ ਡੋਰੀ ਪ੍ਰਭ ਡੋਰੀ ਹਾਰ ਸਾਰੇ ਗੱਲ ਪ੍ਰਭ ਡੋਰੀ ਹਾਰ ਪ੍ਰਭ ਡੋਰੀ ਗਾਤ ਤੁਮਾਰੇ ਪ੍ਰਭ ਡੋਰੀ ਗਾਤ ਪ੍ਰਭ ਜੀ ਜਾਣਤ ਤੇਰੇ ਤਾਰੇ ਆਪਣਾ ਮੇਰਾ ਦਰਦ ਖਾਓ
ਸਮ ਮੈਲੇ ਤੁਮ ਉਜਲ ਕਰਤੇ ਹਮ ਮੈਲੇ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਨਿਰਗੁਣ ਤੂੰ ਦਾਤਾ ਵਾਹਿਗੁਰੂ ਹਮ ਨਿਰਗੁਣ ਤੂੰ ਦਾਤਾ ਹਮ ਤੂੰ ਸਰਬ ਕਲਾ ਕਾ ਗਿਆਤਾ ਤੂੰ ਸਰਬ ਕਲਾ ਕਾ ਗਿਆਤਾ ਫਿਰ ਗੱਦ ਕੇ ਤੂੰ ਸਰਬ ਕਲਾ ਕਾ ਗਿਆਤਾ ਤੂੰ ਸਰਬ ਕਲਾ ਕਾ ਗਿਆਤਾ ਮਾਧਾ ਗਿਆਤਾ ਸਰਬ ਕਲਾ ਕਾ ਗਿਆਤਾ ਸੋਈ ਕਰਾ ਜੋ ਤੁਧ ਪਾਵੇ ਮੋਹੇ ਸਿਆਵਣ ਕਛੂ ਨਾ ਆਵੇ ਹਮ ਬਾਰਕ ਤੋਂ ਸਰਣਾਈ ਪ੍ਰਭ ਆਪੇ ਪੈਜ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਂ ਤੂੰ ਮੇਰਾ ਤੂੰ ਮੇਰਾ ਬੰਦਾ ਤੂੰ ਮੇਰਾ ਪ੍ਰਾਤਾ ਪਿਤਾ ਹਰ ਰਾਇਆ ਵਾ ਮੇਰਾ ਮਾਤ ਪਿਤਾ ਹਰ ਰਾਇਆ ਮਾਤ ਪਿਤਾ ਹਰ ਰਾਇਆ ਹਰ ਕਿਰਪਾ ਪ੍ਰਤਪਾ
Wah guru, 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 wah
ਜੇ ਕਰਾਵੇ ਸੋ ਕਰਣਾ ਨਾਨਕ ਦਾਸ ਤੇਰੀ ਸਰ ਸਾਰੇ ਫਿਰ ਗੱਜ ਕੇ ਪੜ ਲਓ ਪ੍ਰਭ ਡੋਰੀ ਹਾਥ ਮਾਰੇ ਪ੍ਰਭ ਡੋਰੀ ਹਾਥ ਮਾਰੇ ਪ੍ਰਭ ਡੋਰੀ ਹਾਥ ਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਵਾਹਿਗੁਰੂ ਜੀ ਸਵੇਨੀ ਹਾਜ਼ਰੀ ਪ੍ਰਵਾਨ ਕਰਨੀ ਜਿਨ੍ਹਾਂ ਦੀ ਆਪਾਂ ਇੰਤਜ਼ਾਰ ਕਰ ਰਹੇ ਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਵਬੀਹਾ ਦਿੱਲੀ ਵਾਲੇ ਜਿਉਂ ਆਇਆਂ ਨੂੰ ਆਖਦੇ ਹਾਂ ਸਮੂਹ ਸੰਗਤ ਵੱਲੋਂ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਕੋਟ ਆਸਰਾ ਸੇਵਾ ਸੁਸਾਇਟੀ ਵੱਲੋਂ ਜਿੰਨੇ ਕਦਮ ਇਸ ਰਾਤ 'ਤੇ ਚੱਲ ਕੇ ਸਿਰ ਮੱਥੇ ਸਤਿਗੁਰੂ ਦੀ ਕਿਰਪਾ ਕਰਨ ਰਹਿਮਤ ਕਰਨ ਬਹੁਤ ਹੀ ਰਸ ਭਿੰਨਾ ਅਤੇ ਸਤਿਗੁਰੂ ਜੀ ਦੀ ਬੜੀ ਰਹਿਮਤ ਹੈ ਬੜਾ ਹੀ ਸੁਰੀਲਾ ਕੀਰਤਨ ਕਰਦੇ ਨੇ ਸਤਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਸਾਰੇ ਜੈਕਾਰੇ ਦੇ ਨਾਲ ਇਹਨਾਂ ਦਾ ਸਵਾਗਤ ਕਰੀਏ ਬੋਲੇ ਸੋਨੇਗਾ ਸਾਡੀਆਂ ਭੁੱਲਾਂ ਚੁੱਕਾਂ ਮਾਫ ਅੱਗੋਂ ਨਹੀਂ ਸਤਿਗੁਰ ਅੱਗੇ ਅਰਦਾਸ ਸਤਿਗੁਰੂ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਸੋਝੀ ਸਮਤ ਬਖਸ਼ਿਸ਼ ਕਰਨ ਦੇਵੋ ਪਿਆਰ ਦਾ ਸਪੁਰਗ ਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛੱਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਤੇ ਸੁਭਾਏਮਾਨ 10 ਪਾਤਸ਼ਾਹੀਆਂ ਦੀ ਆਤਮਕ ਜੋਤ ਸਰਵ ਮਾਨਵਤਾ ਦੇ ਮਾਰਗ ਦਰਸ਼ਕ ਬਾਣੀ ਗੁਰੂ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਨਿੱਘੀ ਗੋਦ ਵਿੱਚ ਵਿਰਾਜਮਾਨ
ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ, ਬੜੇ ਅਦਬ ਅਤੇ ਸਤਿਕਾਰ ਸਹਿਤ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਬੁਲੰਦ ਆਵਾਜ਼ ਵਿੱਚ ਗੁਰਫਤਿਹ ਦੀ ਸਾਂਝ ਕਰੀਏ। ਆਖੋ ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਤਿਗੁਰਾਂ ਦੇ ਨਦਰੇ ਰਹਿਮਤ ਤੁਸੀਂ ਜੁੜ ਬੈਠੇ ਹੋ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਸ ਮਹਾਨ ਕੀਰਤਨ ਦਰਬਾਰ ਦੇ ਅੰਦਰ। ਧੰਨਵਾਦ ਹੈ ਭਾਈ ਸਾਹਿਬ ਭਾਈ ਸਵਰਨ ਸਿੰਘ ਜੀ ਜਗਾਦਰੀ ਵਾਲਿਆਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਸੰਗਤ ਜੀ, ਸਾਡੇ ਵਿੱਚ ਸਿੱਖ ਕੌਮ ਦੇ ਬਹੁਤ ਹੀ ਸਤਿਕਾਰਯੋਗ ਕੀਰਤਨੀਏ, ਜਿਨ੍ਹਾਂ 'ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਔਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਬੇਅੰਤ ਮਾਣ ਸਤਿਕਾਰ ਵਡਿਆਈ ਬਖਸ਼ੀ ਹੈ। ਮੇਰੀ ਮੁਰਾਦ ਪੰਥ ਦੇ ਮਹਾਨ ਕੀਰਤਨੀਏ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ ਸੰਗਤ ਵਿੱਚ ਹਾਜ਼ਰ ਨੇ, ਮੈਂ ਓਟ ਆਸਰਾ ਸੇਵਾ ਸੁਸਾਇਟੀ ਵੱਲੋਂ ਅਤੇ ਯਮੁਨਾਨਗਰ ਇਲਾਕੇ ਦੀ ਸਮੂਹ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਨੂੰ ਰੋਮ ਰੋਮ ਰਾਹੀਂ ਜੀ ਆਇਆਂ ਨੂੰ ਆਖਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਭਾਈ ਸਾਹਿਬ ਜੀ 'ਤੇ ਅਪਾਰ ਬਖਸ਼ਿਸ਼ ਹੈ, ਜਿਨ੍ਹਾਂ ਨੂੰ ਇਤਨੀ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਨੇ ਬੇਅੰਤ ਮਾਣ ਸਤਿਕਾਰ ਬਖਸ਼ਿਆ ਹੈ। ਸਤਿਗੁਰਾਂ ਦੇ ਪਾਵਨ ਬਚਨ ਹਨ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਇਸ ਧਰਤੀ 'ਤੇ ਉਹਨੂੰ ਹੀ ਮਾਣ ਸਤਿਕਾਰ ਮਿਲਦਾ ਹੈ ਜਿਸ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ, ਰਹਿਮਤ ਹੋਵੇ। ਔਰ ਧੰਨ ਨੇ ਇਹਨਾਂ ਦੇ ਮਾਤਾ ਪਿਤਾ, ਜਿਨ੍ਹਾਂ ਨੇ ਕੌਮ ਨੂੰ ਇੱਕ ਐਸਾ ਅਨਮੋਲ ਹੀਰਾ ਕੀਰਤਨੀਏ ਵਜੋਂ ਦਿੱਤਾ, ਜਿੱਥੇ ਅੱਜ ਪੇਰੈਂਟਸ ਬੱਚਿਆਂ ਨੂੰ ਬਚਪਨ ਤੋਂ ਹੀ ਉਹਨਾਂ ਦਾ ਬ੍ਰੇਨ ਡਿਵੈਲਪ ਕਰਦੇ ਨੇ ਕਿ ਵੱਡੇ ਹੋ ਕੇ ਕੋਈ ਡਾਕਟਰ ਬਣੇਗਾ, ਕੋਈ ਇੰਜੀਨੀਅਰ ਬਣੇਗਾ। ਅਸੀਂ ਨਮਸਕਾਰ ਕਰਦੇ ਹਾਂ ਇਹਨਾਂ ਦੇ ਮਾਤਾ ਪਿਤਾ ਨੂੰ, ਜਿਨ੍ਹਾਂ ਨੇ ਕੌਮ ਨੂੰ ਕੀਰਤਨੀਆ ਦਿੱਤਾ। ਸੋ ਆਓ ਭਾਈ ਸਾਹਿਬ ਜੀ, ਬਹੁਤ ਸਾਰੇ ਸ਼ਬਦਾਂ ਦੇ ਹੁਕਮ ਸੰਗਤ ਵੱਲੋਂ, ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਜਿਸ ਦਾ ਸਾਹਿਬ ਡਾਡਾ ਹੋਵੇ ਜਿਸ ਨੂੰ ਮਾਰ ਨਾ ਸਕਿਆ ਕੋਏ, ਹਰ ਜੀਓ ਸਦਾ ਤੇਰੀ ਸ਼ਰਨਾਈ। ਇਹ ਸਾਰੇ ਸ਼ਬਦ ਅਸੀਂ ਸੁਣ ਰਹੇ ਨੇ ਤੁਹਾਡੇ ਤੋਂ, ਅਤੇ ਸੰਗਤ ਜਿੰਨਾ ਸਮਾਂ ਚਾਹੇ ਭਾਈ ਸਾਹਿਬ ਜੀ ਕੀਰਤਨ ਕਰਨਗੇ, ਜਿੰਨਾ ਸਾਥ ਤੁਸੀਂ ਦਿਓਗੇ ਭਾਈ ਸਾਹਿਬ ਜੀ ਉਨੀ ਦੇਰ ਕੀਰਤਨ ਕਰਨਗੇ। ਸੋ ਆਓ ਭਾਈ ਸਾਹਿਬ ਜੀ ਦੀ ਆਮਦ 'ਤੇ ਅਤੇ ਚੜ੍ਹਦੀ ਕਲਾ ਵਾਸਤੇ ਇੱਕ ਸੰਗਤ ਰੂਪੀ ਜਕਾਰਾ ਬੁਲੰਦ ਕਰੀਏ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੁਪਾ ਦਿਓ ਮਾਈਕ ਪਿੱਛੇ ਕਰਾ ਦਿਓ ਥੋੜਾ ਜਿਹਾ। ਵਾਹਿਗੁਰੂ, 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 ਵਾਹਿਗੁਰੂ।
ਸਾਰੇ ਕਰੋ ਕਿਰਪਾ ਜੀ। ਵਾਹਿਗੁਰੂ 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 ਭੁੱਲੇ
ਸੁਤ ਦਾਰਾਸ ਪ੍ਰੀਤ ਲਗਾ ਇੱਕ ਉੱਤਮ ਪਥ ਸੁਣਿਓ ਗੁਰਸੰਗ ਤਹ ਮਿਲਤ ਜਮ ਤ੍ਰਾਸ ਮਿਟਾ ਇੱਕ ਅਰਦਾ ਪਾਠ ਕੀਰਤ ਕੀ ਗੁਰ ਰਾਮ ਦਾ ਗੁਰ ਰਾਮ ਦਾ ਰੱਖੋ ਸ਼ਰਨਾ ਨਿਮਾਣਿਆ ਮਾਨ ਦਿਵਾ ਪਿਆਰੇ
ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਨਿਵਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣ ਮਾਣ ਮਾਣਿਆ
ਮੇਰਾ ਦੁੱਖ ਸੁੱਖ ਤੁਝ ਹੀ ਪਾ
ਫਿਰ ਸੁਕਾ
ਜਗਤ ਆਣ ਸਭ ਬੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਈ ਹਰ ਕੀ ਵਡਿਆਈ ਸਾਰੇ ਕਰੋ ਕਿਰਪਾ ਮਨ ਵਾਹੇ ਵਾਹਿਗੁਰੂ 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 ਕਰਿਓ ਕਿਰਪਾ ਜੀ ਆ
ਜਪੋ ਕਰਿਓ ਕਿਰਪਾ ਆਪੇ ਗੁਰੂ ਜੀ
ਇਕੱਲਾ ਨਾ ਰਹਿ ਜਾਵੇ, ਕਰਿਓ ਕਿਰਪਾ ਜੀ।
ਜਪੋ ਪਿਆਰੇ ਹੋ ਜੁੜ ਜਾਓ ਜੀ ਸਾਰੇ ਕਰਿਓ ਕਿਰਪਾ ਜਗਾਰੇ ਦਾ ਜਵਾਬ ਜਦ ਸੰਗਤ ਇੰਨੀ ਗਿਣਤੀ ਬੈਠੀ ਹੋਵੇ ਅਤੇ ਉਹ ਢਿੱਲਾ ਆਵੇ ਅਤੇ ਆਨੰਦ ਨਹੀਂ ਆਉਂਦਾ ਅਤੇ ਇੱਕ ਗੱਜ ਕੇ ਨਾ ਜਵਾਬ ਆਉਣਾ ਚਾਹੀਦਾ। ਕਰਿਓ ਕਿਰਪਾ ਕਿ ਜਗਾਰਾ ਜਨਮ ਤੁਮਾਰੇ ਲੇ
ਜਵਾਨ ਖੂਨ ਬੈਠੇ ਆ, ਕਰਿਓ ਕਿਰਪਾ ਗੱਜ ਕੇ ਕੋਈ ਵੀ ਰਸਨਾ ਮਾਂਜੀ ਨਾ ਜਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਸ੍ਰੀ ਹਰ ਜਿਸ ਜਿੱਥੇ ਸਭ ਗੁਰੂ ਨੂੰ ਪੁਕਾਰ ਕਰੋ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਸਾਰਿਆਂ ਦੀ ਆਵਾਜ਼ ਆਵੇ ਜੀ ਵਾਹਿਗੁਰੂ ਮੇਰੇ ਵੀਰਾਂ ਦੀ ਆਵਾਜ਼ ਆਵੇ ਜੀ ਸਤਨਾਮ
ਦੀ ਵਾਹੇ ਗੁਰੂ ਸਾਹਿਬ ਗੱਜ ਕੇ ਸਾ ਆ ਰਹੀ ਹੈ ਜੀ ਵੀਰਾਂ ਦੀ ਆਵਾਜ਼ ਆਵੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੱਜ ਕੇ ਹਾਂ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਬੋਲੋ ਜੀ ਮੇਰੇ ਵਾਹਿਗੁਰੂ ਵਾਹਿਗੁਰੂ ਹਰ ਵਾਹਿਗੁਰੂ ਕੋਈ ਬਾਤ ਸੁਣਾਵੇ
ਸੰਗਤ ਲਈ ਜਕਾਰਾ ਕੋਈ ਵੀ ਛੱਡ ਦੇ ਜੀ। ਵਾਹ ਜੀ ਵਾਹ।
ਪਹਿਲੀ ਵਾਰ, ਇਸ ਤੋਂ ਪਹਿਲਾਂ ਵੀ ਆਏ ਹਾਂ ਪਰ ਐਸਾ ਰਸ ਬਣਿਆ ਨਹੀਂ ਕਦੀ। ਸੱਚ ਜਾਣਿਓ ਐਸੀ ਕਿਰਪਾ ਤੁਸੀਂ ਬਣਾਈ ਰੱਖੀ। ਮਰਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਜਦ ਅਸੀਂ ਕੋਈ ਇੱਕ ਕਦਮ ਅੱਗੇ ਵਧਾਉਂਦੇ ਹਾਂ, ਮਹਾਰਾਜ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ ਸਤਿਗੁਰ ਕੋਟ ਪੈਂਡਾ, ਅਤੇ ਗੁਰੂ ਨਾਨਕ ਵੀ ਖਲੋ ਜਾਂਦਾ ਫਿਰ ਆ ਕੇ। ਆਖੋ ਸਤਨਾਮ। ਇੱਕ ਕਦਮ ਅੱਗੇ ਵਧਾਉਂਦੇ ਹਾਂ ਨਾ, ਅਤੇ ਮਹਾਰਾਜ ਫਿਰ ਸਾਡੇ ਤੋਂ ਅੱਗੇ 10 ਕਦਮ ਅੱਗੇ ਵਧਾ ਦਿੰਦੇ ਨੇ ਕਿ ਆ ਪੁੱਤਰ ਫਿਰ ਕਿਹੜਾ ਕੰਮ ਤੇਰਾ ਕਰਨਾ ਉਹ ਪੂਰਾ ਕਰੀਏ। ਕਿਉਂਕਿ ਐਸੀ ਗੁਰੂ ਨਾਨਕ ਦੀ ਧੁਰਕੀ ਬਾਣੀ ਹੈ, ਜਿਹਨੂੰ ਪੜ੍ਹ ਲਈਏ ਮਹਾਰਾਜ ਕਹਿੰਦੇ ਭਰੀਐ ਮਤ ਪਾਪਾ ਕਹਿ ਸੰਗ। ਬੋਲੋ ਜੀ, ਭਰੀਐ ਮਤ ਪਾਪਾ ਕਹਿ ਸੰਗ। ਰੋਜ਼ਾਨਾ ਪੜ੍ਹਦੇ ਹਾਂ ਨਾ, ਸੱਚ ਜਾਣਿਓ ਜਨਮਾਂ ਜਨਮਾਂ ਦੀਆਂ ਮੈਲ ਫਿਰ ਸਾਫ਼ ਹੋ ਜਾਂਦੀ ਹੈ ਜਦ ਧੁਰਕੀ ਬਾਣੀ ਸਾਡੇ ਹਿਰਦੇ ਵਿੱਚ ਵੱਸ ਜਾਵੇ। ਆਖੋ ਸਤਨਾਮ। ਉਹਦੀ ਕਿਰਪਾ ਆਪ ਹੋ ਜਾਂਦੀ ਹੈ, ਉਹ ਬਾਣੀ ਦੀ ਕਿਰਪਾ, ਉਹ ਨਦਰ ਆਪ ਹੋ ਜਾਂਦੀ ਹੈ। ਇਹ ਅਪਣਾਈ ਹੋਈ ਗੱਲ ਹੈ, ਰੋਜ਼ਾਨਾ ਨਿਤਨੇਮ ਕਰਦੇ ਹਾਂ ਨਾ, ਮਹਾਰਾਜ ਕਿਰਪਾ ਕਰੇ ਕਿ ਸਾਡੇ ਤੋਂ ਰੋਜ਼ ਨਿਤਨੇਮ ਕਰਾਉਣ, ਰੋਜ਼ ਅੰਮ੍ਰਿਤ ਵੇਲਾ ਸਾਡੇ ਤੋਂ ਸੰਭਲਵਾਉਣ। ਐਸੀ ਕਿਰਪਾ ਉਹ ਗੁਰੂ ਨਾਨਕ ਕਰੇ। ਜੀਵਨ ਸਫਲਾ ਹੋ ਜਾਂਦਾ ਜੇ ਨਿਤਨੇਮ ਦੇ ਪੱਕੇ ਹੋ ਜਾਵਾਂਗੇ, ਜੀਵਨ ਸਫਲਾ ਹੋ ਜਾਂਦਾ। ਅਪਣਾਈ ਹੋਈ ਗੱਲ ਹੈ ਜੀ। ਐਸੇ ਬੜੇ ਮਹਾਂਪੁਰਸ਼ ਨੇ ਸੱਚ ਜਾਣਿਓ, ਬੜੀ ਕਿਰਪਾ ਹੈ ਜੀ, ਵਿਰਲੇ ਨੇ। ਤੁਸੀਂ ਇੰਨੀ ਕਿਰਪਾ ਬਣਾਈ ਹੈ, ਮੈਂ ਸ਼ੁਕਰਾਨਾ ਕਰਦਾ ਤਹਿ ਦਿਲੋਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਬਹੁਤ ਸੋਹਣਾ ਉਪਰਾਲਾ। ਕਿਉਂਕਿ ਜਦ ਬੰਦਾ ਆਪ ਜੁੜਿਆ ਹੁੰਦਾ ਅਤੇ ਸਾਹਮਣੇ ਵਾਲਾ ਜੁੜ ਜਾਂਦਾ, ਪ੍ਰਬੰਧਕ ਕਮੇਟੀ ਐਸੇ ਉਪਰਾਲੇ ਕਰਦੀ ਹੈ, ਤਾਂ ਦੇਖੋ ਸੰਗਤ ਦੇ ਨਜ਼ਾਰੇ ਨੇ, ਸੰਗਤ ਦੇਖਣ ਨੂੰ ਮਿਲਦੀ ਹੈ, ਅਗਾਧ ਬੋਧ ਸੰਗਤ ਆਈ ਹੈ। ਬੜੀ ਕਿਰਪਾ ਆਪ ਜੀਆਂ ਨੇ ਕੀਤੀ। ਆਓ, ਸਮਾਂ ਹੋ ਤਾਂ ਵੈਸੇ ਪੂਰਾ ਗਿਆ ਪਰ ਇੱਛਾ ਨਹੀਂ ਹੋ ਰਹੀ ਸਮਾਪਤੀ ਕਰਨ ਦੀ। ਤੁਹਾਡੀ ਕਿਰਪਾ ਇੰਨੀ ਬਣੀ ਹੋਈ ਹੈ, ਇੰਨਾ ਰਸ ਬਣਿਆ ਹੋਇਆ, ਸਾਡੀ ਕੀ ਔਕਾਤ ਹੈ, ਅਸੀਂ ਕੀਰਤਨ ਨਹੀਂ ਕਰ ਸਕਦੇ। ਸੰਗਤ ਕੀਰਤਨ ਕਰਾ ਲੈਂਦੀ ਹੈ ਅਤੇ ਕਰ ਲੈਂਦੇ ਹਾਂ, ਨਹੀਂ ਤਾਂ ਸਾਡੀ ਕੋਈ ਹਿੰਮਤ ਹੀ ਨਹੀਂ ਕਿ ਅਸੀਂ ਇਸ ਸਟੇਜ ਦੇ ਲਾਇਕ ਵੀ ਹੋ ਜਾਈਏ। ਸਾਡੀ ਕੋਈ ਹਿੰਮਤ ਨਹੀਂ। ਤੁਸੀਂ ਕਿਰਪਾ ਕਰਦੇ ਹੋ, ਜਦ ਤੱਕ ਮਹਾਰਾਜ ਨੇ ਸਵਾਸ ਬਖਸ਼ੇ ਨੇ ਨਾ, ਉਹ ਤਦ ਤੱਕ ਕੀਰਤਨ ਕਰਵਾਉਂਦੇ ਨੇ। ਸੋ ਬਸ ਅਰਦਾਸ ਕਰਿਓ ਕਿ ਆਪ ਸਰਬਤ ਸਾਰੀਆਂ ਸੰਗਤਾਂ ਦੇ ਹਮੇਸ਼ਾ ਹੀ ਦਰਸ਼ਨ ਕਰਦੇ ਰਹੀਏ। ਕਰਿਓ ਕਿਰਪਾ ਜੀ। ਬਹੁਤ ਪਿਆਰਾ ਸ਼ਬਦ, ਬਹੁਤ ਸੰਗਤਾਂ ਤੋਂ ਸ਼ਬਦ ਦਾ ਹੁਕਮ ਹੋਇਆ ਸੀ, ਕੋਈ ਵੀ ਰਸਨਾ ਵਾਂਝੀ ਨਾ ਜਾਵੇ। ਜਿੰਨੀ ਕੋ ਸੰਗਤ ਹੈ, ਜਿੰਨੀ ਕੋ ਸੰਗਤ ਯਮੁਨਾ ਨਗਰ ਦੀ, ਰਲ ਮਿਲ ਕੇ ਸਾਰੇ ਪੜਾਂਗੇ ਜੀ ਇਹ ਸ਼ਬਦ। ਹਸਮਾ ਨਾ ਕਰ ਪਿਆਰੇ,
ਹਸਮਾਨਾ ਕਰਦਾ ਰੇ ਹਸਮਾਨਾ ਕਰਦਾ ਰੇ ਹਸਮਾਨਾ ਕਰਦਾ ਰੇ ਹਸਮਾਨਾ ਕਰਦਾ ਪ੍ਰਭ ਜੀਓ
ਅਰਦਾਸ ਕਰੋ ਜੀ ਡੋਰੀ ਹੱਥ ਤੁਮਾਰ ਪ੍ਰਭ ਡੋਰੀ ਹੱਥ ਜਗੋ ਪਿਆਰੇ ਹੋ ਪ੍ਰਭ ਡੋਰੀ ਹੱਥ ਤੁਮਾਰ ਤੇਰੇ ਤਾਰੇ ਤੇਰੇ ਤਾਰੇ ਤੇਰੇ ਤਾਰੇ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਜਪੋ ਜੀ ਆਪਣੀ ਹੋਰ ਗੱਜ ਕੇ ਜੀ ਆਪਣੀ ਕਿਰਪਾ ਰੱਖ ਲੈ ਰੱਖ ਲੈ ਰੱਖ ਲੈ ਜਗਤ ਜਦ ਅੱਖਾਂ ਬੰਦ ਕਰਕੇ ਜਪਾਂਗੇ ਨਾ ਉਹਦਾ ਆਨੰਦ ਬੜਾ ਆਏਗਾ ਜੀ ਸਤਨਾਮ 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 ਜੀ ਵਾਹਿਗੁਰੂ 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 ਜਪੋ ਸਤ ਜੀ ਖਸਮਾਂ ਦਾ ਗੁਰ ਪਿਆਰੇ ਸਿਰ ਪਾਉ ਸੇਵਕ ਜਾਣੇ ਨਾਨਕ ਪ੍ਰਗਟ ਬਹਾਰੇ ਨਾਨਕ ਪ੍ਰਗਟ ਬਹਾਰੇ ਪਹਿਰ ਸਿਰ ਪਾਉ ਸੇਵਕ ਜਾਣੇ ਨਾਨਕ ਪ੍ਰਗਟ ਬਹਾਰੇ ਨਾਨਕ ਕੇਵਲ ਦੋ ਮਿੰਟ ਜੀ ਪ੍ਰਭ ਜੀਓ
ਪੜੋ ਜੀ ਖਸਮਾ ਨਾ ਖਸਮਾ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਖਸਮਾ ਨਾ ਕਰ ਪਿਆਰੇ ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਭ ਸੁੱਤਾ ਪਾਇਆ ਸਹਿ ਸਤਿ ਮਾਰ ਪਿਆ ਵਰਾਈ ਰਾਗ ਪਰਵਾਰ ਪਿਆ ਸ਼ਬਦ ਨਾਮ ਹੈ ਚਲੋ ਤਗਾਵ ਹਰੀ ਘੇਰਾ ਮੰਦ ਦੀ ਵਸਾਰ ਕਹਿ ਰਹਿ ਨਾਲ ਜਾਣ ਦੋ ਬਸ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਦੂਸਰਾ ਰੂਪ ਨਾਲ ਤੂੰ ਮਨ ਮੇਰੇ ਰੂਪ ਸੰਸਾਰ ਅੰਗੀਕਾਰੋ ਕਰੇ ਤੇਰਾ ਕਾਰ ਸੰਸਾਰ ਸਮਨਾਮ ਨਾ ਸਮਰਤ ਨਾਮ ਸੋ ਕਿਉਂ ਮਨ ਵਿਚਾਰ ਹੈ ਨਾਨਕ ਮਨ ਮੇਰੇ ਸਰਾਰ ਹੋ ਸਾਚੇ ਸਾਰੇ ਬਾਗਿਆ ਧਰਤਾ ਤੇਰਾ ਸਭ ਹੈ ਜਿੰਦੇ ਨੇ ਜਵਾਨ ਸਦਾ ਸਲਾਹ ਤੇਰੀ ਨਾਮ ਨਾਮ ਮਿਲ ਕੇ ਮਨ ਵਸਿਆ ਵਾਜੇ ਸਮੇ ਹੈ ਨਾਨਕ ਸੱਚੇ ਸਾਰੇ ਪਿਆਰ ਸਾਚਾ ਨਾਮ ਆਧਾਰ ਸਾਚ ਨਾਮ ਆਧਾਰ ਮੇਰਾ ਜੋ ਮੁੱਖਾ ਸਭ ਗਵਾਈ ਸਾਧ ਸੁਪਨੇ ਆਏ ਵਸਿਆ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦਾਈ ਦਇਆ ਲੈ ਸਗਲ ਜਗ੍ਹਾ ਚੰਗਿਆਈਆਂ ਆਚੇ ਧਰਮ ਦੂਰ ਕਰਮੀਆਂ ਪੋਇਆ ਆਪਣੀ ਜਿਨੀ ਨਾਮ ਨਾਨਕ ਤੇ ਮੁਖ ਉਜਲੇ ਕੀਤੀ ਕੋਟਾਨ ਕੋਟ ਸ਼ੁਕਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਪ ਸਰਬਤ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਾਨਾ ਸਮੂਹ ਨੌਜਵਾਨ ਵੀਰਾਂ ਵੱਲੋਂ ਜਿਹੜਾ ਹੈ ਉਪਰਾਲਾ ਕੀਤਾ ਗਿਆ ਸ਼ੁਕਰਾਨਾ ਹੈ ਗੁਰੂ ਕਿਰਪਾ ਕਰੇ ਫਿਰ ਜਲਦ ਮੌਕਾ ਮਿਲਿਆ ਅਤੇ ਜ਼ਰੂਰ ਆਪ ਜੀਆਂ ਦੇ ਦਰਸ਼ਨ ਕਰਾਂਗੇ ਕੱਲ੍ਹ ਸ਼ਾਮਾਂ ਦੇ ਦੀਵਾਨ ਸਹਾਰਨਪੁਰ ਵਿਖੇ ਹੋਣਗੇ ਸੋ ਜਿਹੜੀ ਸੰਗਤ ਉੱਥੇ ਆ ਸਕਦੀ ਹੈ ਆਪ ਜੀ ਉੱਥੇ ਵੀ ਆ ਕੇ ਹਾਜ਼ਰੀਆਂ ਭਰਿਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਸਾਰਿਆਂ ਨੂੰ ਹੋਵਨ ਗੁਰੂ ਕਿਰਪਾ ਕਰੇ ਸਾਊਂਡ ਵਾਲਿਆਂ ਦਾ ਲਾਈਵ ਵਾਲਿਆਂ ਦਾ ਸਮੂਹ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਆਪ ਸਰਬਤ ਸਾਧ ਸੰਗਤ ਸਾਰੀਆਂ ਦਾ ਸ਼ੁਕਰਾਨਾ ਹੈ ਜੀ ਗਿਆਨੀ ਜੀ ਦਾ
ਮੇਰੇ ਤੋਂ ਪਹਿਲਾਂ ਜਿਹੜੇ ਹਜ਼ੂਰੀ ਰਾਗੀ ਕੀਰਤਨ ਕਰ ਰਹੇ ਸੀ ਬਹੁਤ ਸੋਹਣਾ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ। ਇਤਨੀ ਕੁ ਸੇਵਾ ਪ੍ਰਵਾਨ ਭੁੱਲਾਂ ਚੁੱਕਿਆਂ ਦੀ ਖਿਮਾ। ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਆਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਨਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨਉ ਸਿਮਰਉ ਸ੍ਰੀ ਹਰਿਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆਏ ਕਰ ਨਉ ਨਿਧਿ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਈ ਗਵਾਈ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ,
ਚੌਂਕੀਆਂ ਝੰਡੇ ਬੰਗੇ ਜੁਗੋ ਜੁਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀਆਂ ਦਾ ਮਹਾਂਵਾਕ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀਓ ਖਾਲਸਾ ਸਾਜਨਾ ਪੁਰਬ ਨੂੰ ਮਨਾਉਂਦਿਆਂ ਸਤਿਗੁਰੂ ਜੀਓ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਦਰ ਘਰ ਦੇ ਸੇਵਕ ਓਟ ਆਸਰਾ ਸੇਵਾ ਸੁਸਾਇਟੀ ਯਮੁਨਾਨਗਰ ਵੱਲੋਂ ਇਸ ਅਸਥਾਨ 'ਤੇ ਸਤਿਗੁਰੂ ਜੀ ਮਹਾਨ ਕੀਰਤਨ ਦਰਬਾਰ ਕਰਵਾਏ ਗਏ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਗੁਰਬਾਣੀ ਦੇ ਸ਼ਬਦ ਕੀਰਤਨ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪਣੇ ਅਣਜਾਣ ਸੇਵਕ ਜਾਣ ਕੇ ਖਿਮਾ ਕਰਨਾ ਅਗਾਂਹ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣਨ ਦਾ ਬਲ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਸਤਿਗੁਰੂ ਜੀਓ ਕਿਰਪਾ ਕਰਨੀ ਰਹਿਮਤ ਕਰਨੀ ਓਟ ਆਸਰਾ ਸੇਵਾ ਸੁਸਾਇਟੀ ਯਮੁਨਾਨਗਰ ਦੇ ਸਮੂਹ ਮੈਂਬਰਾਂ ਦੇ ਸਿਰ 'ਤੇ ਮਿਹਰ ਭਰਿਆ ਰੱਖਣੀ ਚੜ੍ਹਦੀ ਕਲਾ ਕਰਨੀ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਰ ਘਰ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਰੱਖਣਾ ਇਸੇ ਤਰ੍ਹਾਂ ਦੇਸ਼ ਕੌਮ ਪੰਥ ਦੀ ਸੇਵਾ ਕਰਨ ਦੇ ਵੱਲ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਸੇਵਕਾਂ ਦੀ ਸੇਵਾ ਦਰ 'ਤੇ ਪ੍ਰਵਾਨ ਕਰਨੀ ਸੇਵਾ ਲੇਖੇ ਲਾਉਣੀ ਸਤਿਗੁਰੂ ਜੀ ਉਹ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਮਾਨ ਸੇਵਕਾਂ ਵੱਲੋਂ ਸਰਦਾਰ ਜਤਿੰਦਰ ਸਿੰਘ ਜੀ ਭਾਟੀਆ ਜੀ ਦੇ ਜਨਮਦਿਨ ਦੀ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਪਰਿਵਾਰ ਵੱਲੋਂ ਬੇਅੰਤ ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਕੀਤੀ ਸਤਿਗੁਰੂ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਮਾਨ ਦਰ ਘਰ ਦੇ ਸੇਵਕ ਸੇਵਕ ਪਰਿਵਾਰ ਵੱਲੋਂ ਬੀਬੀ ਮਨਪ੍ਰੀਤ ਕੌਰ ਦੀ ਦੇਹ ਅਰੋਗਤਾ ਤੰਦਰੁਸਤੀਆਂ ਵਾਸਤੇ ਆਪ ਜੀਆਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀ ਸਰਦਾਰ ਹਰਵਿੰਦਰ ਸਿੰਘ ਜੀ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਆਪਣੇ ਘਰ ਪਰਿਵਾਰ ਦੀਆਂ ਚੜ੍ਹਦੀਆਂ ਕਲਾ ਵਾਸਤੇ ਬੇਅੰਤ ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਕੀਤੀ ਸਤਿਗੁਰੂ ਜੀ ਉਹ ਸਰਬੱਤ ਸੰਗਤਾਂ ਦੇ ਨਾਮ ਜਾਣੀ ਜਾਣ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਵੱਲੋਂ ਇਹਨਾਂ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ ਸਤਿਗੁਰੂ ਜੀ ਸਰਬੱਤ ਸੰਗਤਾਂ ਦੇ ਨਾਮ ਜਾਣੀ ਜਾਣ ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਸਭ ਦੀਆਂ ਸੁਭ ਮਨੋਕਾਮਨਾ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ ਸਭ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਰ ਘਰ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਨਗਰ ਇਲਾਕੇ ਵੀ ਸੇਵਕ ਪਰਿਵਾਰਾਂ ਵੀ ਸੁੱਖ ਸ਼ਾਂਤੀ ਆਪਸ ਵੀ ਪ੍ਰੇਮ ਪਿਆਰ ਮੇਲ ਮਿਲਾਪ ਇਤਫਾਕ ਬਖਸ਼ਿਸ਼ ਕਰਨਾ ਸਭ ਦੀ ਯਾਤਰਾ ਸਫਲਾ ਕਰਨੀ
ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਹਰ ਮੈਦਾਨ ਹਰ ਦੀਵਾਨ ਫਤਿਹ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੀ ਬਖਸ਼ੀ ਦਾਤਾਂ ਵਿੱਚੋਂ ਕੜਾਹ ਪ੍ਰਸਾਦ ਦੀਆਂ ਦੇਗਾਂ ਹਾਜ਼ਰ ਹਨ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮੈਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਹੰਗੇ ਖੁਆਰ ਹੋਏ ਸਭ ਮਿਲਹੰਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰਨਾ ਪਾਹੁਲ ਜੋ ਲਏ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀਰੀ ਮੈਂ ਨਾ ਕਰੋ ਇਨਕੀ ਪਰਤੀ ਸੋ ਕਹੂ ਟਲ ਗੁਰ ਸੇਵੀਐ ਦਰਸ਼ਨ ਪਰਸਿਆ ਗੁਰੂ ਕੈ ਹੋਵੇ ਸਿਫਤ ਖਸਮ ਦੀ ਤੁਧ ਡਿਠੇ ਸੱਚੇ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹੋ
ਜਿਸ ਪਾਸ ਬੈਠਿਆ ਸੋਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕੈ ਸਦ ਬਲਹਾਰਣੈ ਜਿਤ ਸੇਵਿਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਯੁਗ ਯੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸ੍ਰਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਦੇ ਸਦਕੇ ਓਟ ਆਸਰਾ ਸੇਵਾ ਸੁਸਾਇਟੀ
ਯਮੁਨਾ ਨਗਰ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਸੋ ਇਸ ਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਸੋ ਉਹ ਢਾਸਰਾ ਸੇਵਾ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਬੱਚਿਆਂ ਨੇ ਉਪਰਾਲਾ ਕੀਤਾ ਹੈ ਔਰ ਆਪ ਸੰਗਤਾਂ ਦੇ ਸਾਹਮਣੇ ਇਹ ਬਹੁਤ ਸੋਹਣਾ ਪ੍ਰੋਗਰਾਮ ਕਰਵਾਇਆ। ਸੋ ਇਹ ਜਿਹੜੇ ਜੋੜ ਮੇਲੇ ਗੁਰੂ ਘਰ ਵਿੱਚ ਹਮੇਸ਼ਾ ਹੋਣੇ ਚਾਹੀਦੇ ਨੇ, ਇਹਨਾਂ ਦਾ ਮਕਸਦ ਕੇਵਲ ਇੱਕ ਹੀ ਹੈ, ਗੁਰੂ ਦੇ ਨਾਲ ਜੁੜਨਾ, ਗੁਰਬਾਣੀ ਦੇ ਨਾਲ ਜੁੜਨਾ, ਗੁਰੂ ਦੇ ਸਿਧਾਂਤ ਦੇ ਨਾਲ ਜੁੜਨਾ। ਔਰ ਖਾਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ, ਹੁੱਡਾ ਸੈਕਟਰ 17 ਵਿਖੇ 11 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਉਹ ਜਿਹੜੇ ਗੁਰੂ ਵਾਲੇ ਨਹੀਂ ਬਣੇ ਉਹ ਆਪਣਾ ਮਨ ਬਣਾਓ, ਗੁਰੂ ਵਾਲੇ ਜ਼ਰੂਰ ਬਣੋ, ਕਿਉਂਕਿ ਸਤਿਗੁਰਾਂ ਨੇ ਸਭ ਤੋਂ ਪਹਿਲੀ ਰਹਿਤ ਕੀ ਦੱਸੀ ਹੈ, ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ, ਸਭ ਤੋਂ ਪਹਿਲੀ ਰਹਿਤ ਹੈ, ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ, ਵਾਰ ਵਾਰ ਇਹ ਸਮਾਂ ਨਹੀਂ ਮਿਲਣਾ, ਇਹਨੂੰ ਸੰਭਾਲੋ, ਗੁਰੂ ਵਾਲੇ ਜ਼ਰੂਰ ਬਣੋ। ਔਰ ਇੱਕ ਬੇਨਤੀ ਹੋਰ ਹੈ, ਗੁਰਦੁਆਰਾ ਸਿੰਘ ਸਭਾ ਮਾਡਲ ਕਲੋਨੀ ਵਿਖੇ 11 ਤਰੀਕ ਨੂੰ ਸ਼ਾਮੀ ਦਸਤਾਰ ਅਤੇ ਦਮਾਲਾ ਸਜਾਉਣ ਦਾ ਜੋ ਬੱਚਿਆਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ, ਸਮਾਂ ਸ਼ਾਮੀ 4 ਵਜੇ ਦਾ। ਸੋ ਉੱਥੇ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਭੇਜੋ 11 ਤਰੀਕ ਨੂੰ ਛੋਟੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ। ਔਰ 13 ਤਰੀਕ ਨੂੰ ਇਸ ਸਥਾਨ 'ਤੇ ਵਿਸਾਖੀ ਦਾ ਜੋ ਮਹਾਨ ਪੁਰਬ ਹੈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਣਾ ਹੈ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 9 ਵਜੇ ਤੋਂ ਲੈ ਕੇ 12:15 ਤੱਕ ਦੀਵਾਨ ਸਜਣੇ ਨੇ ਭਾਈ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਉਹ ਉਚੇਚੇ ਤੌਰ 'ਤੇ ਪੁੱਜ ਰਹੇ ਹਨ, ਉਹਨਾਂ ਦਾ ਸਮਾਂ 10:30 ਤੋਂ ਲੈ ਕੇ 12:15 ਤੱਕ ਹੈ 13 ਤਰੀਕ ਨੂੰ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪ ਜੀਆਂ ਨੇ ਇਹਨਾਂ ਸਮਾਗਮਾਂ ਦੇ ਅੰਦਰ ਜ਼ਰੂਰ ਪਹੁੰਚਣਾ ਹੈ, ਹਾਜ਼ਰੀਆਂ ਭਰਨੀਆਂ ਨੇ। ਸੋ ਇੱਕ ਬੇਨਤੀ ਹੋਰ ਹੈ, ਇੱਕ ਸਾਹਮਣੇ ਵਿਜੇ ਪੰਡਿਤ ਜੀ ਖੜ੍ਹੇ ਨੇ, ਇਹਨਾਂ ਦਾ ਬੱਚਾ ਬਹੁਤ ਬਿਮਾਰ ਹੈ, ਅੱਗੇ ਵੀ ਸੰਗਤਾਂ ਨੇ ਬਹੁਤ ਹੈਲਪ ਕੀਤੀ ਇਹਨਾਂ ਦੀ, ਸੋ ਇਹਨਾਂ ਵੱਲੋਂ ਬੇਨਤੀ ਹੈ ਵੀ ਬੱਚੇ ਦੀ ਕੋਈ ਸਰਜਰੀ ਹੋਣੀ ਹੈ RPGI ਵਿਖੇ, ਔਰ ਕਾਫੀ ਖਰਚਾ ਹੈ, 2.5 ਲੱਖ ਦੇ ਕਰੀਬ ਇਹਨਾਂ ਦੇ ਕੋਲ ਬਿੱਲ ਨੇ, ਪਰਚੀਆਂ ਨੇ, ਆਪ ਜੀ ਦੇਖ ਵੀ ਸਕਦੇ ਹੋ, ਕਿਉਂਕਿ ਸੇਵਾ ਕਰਨ ਤੋਂ ਪਹਿਲਾਂ ਆਪਣੀ ਤਸੱਲੀ ਕਰਨੀ ਜ਼ਰੂਰ ਹੈ, ਅਕਲੀ ਸਾਹਿਬ ਸੇਵੀ ਹੈ ਅਕਲੀ ਕੀਜੈ ਦਾਨ। ਸੋ ਜਿੰਨਾ ਵੀ ਹੋ ਸਕੇ ਇਹਨਾਂ ਦੀ ਸੇਵਾ ਜ਼ਰੂਰ ਕਰੋ। ਸੋ ਹੁਣ ਗੁਰੂ ਦਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਨਾਲ ਗੁਰੂ ਦਾ ਲੰਗਰ ਛੱਕੇ ਜਾਣਾ ਹੈ। ਸੋ ਆਓ ਸਤਿਗੁਰਾਂ ਦੇ ਸੁਖਾਸਨਾਂ ਦੀ ਸੇਵਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਕੀਰਤੀ ਮਹਲਾ ਪਹਿਲਾ ਇੱਕ ਮੋਹਕਾਰ ਸਤਿਗੁਰ ਸਾਹਿਬ ਜੈ ਕਰ ਕਿਰਤ ਆਖੀਏ ਕਰਤੇ ਕਾਹੇ ਵਿਚਾਰੋ ਤਿੱਕਰ ਗਾ ਸੋਹਿਲਾ ਸੀ ਰੁਸੀ ਜਨਹਾਰੋ ਤੁਮ ਗਾਵੋ ਮੇਰੀ ਗੁਰੂ ਭੋਂਕਾ ਸੋਹਿਲਾ ਹੋਂ ਵਾਰੀ ਜਿਸ ਵੇਲੇ ਸਦਾ ਸੁੱਖ ਹੋਏ ਰਹਾਓ ਨਿਤਨੇ ਜਿਹੜੇ ਸਮਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀ ਹੁਕਮਾ ਪਵੇ ਸਿਵਦਾ ਤੇ ਕੌਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸੁਜਨ ਫਿਤਰੀਆਂ ਜੋ ਹੋਏ ਸਾਹਿਬ ਜੋ ਮੇਲ ਘਰ ਕਰੇ ਹੋ ਪਾਉ ਚਾ ਸਦੇ ਨੀ ਕੌਣ ਸਦਨ ਹਰ ਸਿਮਰੀਏ ਨਾਨਕ ਸੀ ਦੇ ਕਾਵਨ ਰਾਗ ਅਸਾ ਮਹੱਲਾ ਪਹਿਲਾ 6 ਘਰ 6 ਗੁਰੂ 6 ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਾਹੋ ਇਸ ਵਿੱਚ ਅਸੀਂ ਕੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੁਰਜੇ ਗੁਰ ਤਨੇਕ ਨਾਨਕ ਕਰਤੇ ਕੀ ਖੇਤੇ ਵੇਸ ਰਾਗ ਭਨਾਤਰੀ ਮਹੱਲਾ ਪਹਿਲਾ
ਗਗਨ ਮੈਂ ਥਾਲ ਲਵਚਨ ਦੀਪਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲਿਆਣ ਲੋਕ ਪਵਨ ਚਗਰੂ ਕਰੇ ਸਗਲ ਬੰਦਾ ਪਰੋਂ ਜੋਤੀ ਕੈਸੀ ਆਰਤੀ ਹੋਈ ਭਗ ਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਘੇਰੀ ਰਹਾਉ ਸਹਿਬ ਤਵ ਨੈਨ ਨਨ ਨੈਨ ਹੈ ਤੁਰਿ ਸਹਿ ਸੁਮਿਰਤ ਨਨਾ ਏਕ ਤੋਰੀ ਸਹਿ ਪਦ ਬਿਮਲ ਨਨ ਏਕ ਪਦ ਗੰਧ ਸਹਿਸ ਤਵ ਗੰਧ ਏਕ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਕ ਮਨੋਂ ਦਿਨ ਮੋਹੇ ਆਜ ਪਿਆਸਾ ਕਿਰਪਾ ਜਲਦ ਨਾਨਕ ਸਾਰੰਗ ਕੋ ਹੋਏ ਜਾਤੀ ਤਿਰਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਫੰਡਲ ਫੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲੀ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰਡਨੌਤ ਪੁਨ ਵੱਡਾ ਹੇ ਰਹਾਉ ਸਾਖਤ ਹਰ ਸਾਧਨ ਜਾਣੇ ਅਤਿਨੰਦਰ ਹੋਮੇ ਕੰਡਾ ਹੇ ਜਿਉਂ ਜਿਉਂ ਚਲੈ ਚੁਹੇ ਦੁਖ ਪਾਵੇ ਜਿਉਂ ਕਾਲ ਚਹਿ ਚੜੰਦਾ ਹੇ ਹਰਿਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਤੁਮ ਖੰਡ ਬ੍ਰਹਿ ਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਰ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋਂ ਬੇਨੰਤੀ ਸੁਣੋ ਮੇਰੇ ਮੀਤਾ ਈਹਾਂ ਖਾਟ ਚਲੋ ਹਰ ਲਹਾ ਆਉਦ ਘਟੈ ਦਿਨ ਸੁਰੈਣਾ ਰੀ ਇਹ ਸੰਸਾਰ ਵਿਕਾਰ ਸੰਤੀ ਮਹਿ ਜਿਸਹਿ ਜਗਾਈ ਪਿਆਵੇ ਇਹੋ ਰਸ ਜਾਂ ਕੋ ਆਈ ਸੋਈ ਬਿਹਾਜੂ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਅੰਤਰ ਜਾਮੀ ਪੁਰਖ ਵਿਧਾਤੀ ਨਾਨਕ ਦਾਸ ਇਹ ਸੁਖ ਮੰਗੈ ਅੰਤਰ ਜਾਮੀ ਪੁਰਖ ਵਿਧਾਤੀ ਨਾਨਕ ਦਾਸ ਇਹ ਸੁਖ ਮੰਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ
ਬਹ ਸੋ ਥਨ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋਥਨ ਪਾਲਿਆ ਲੈ ਤੁਰਮੁਖ ਲਾਵਾ ਤੁਰਮੁਖ ਜਿਨ ਹਰ ਨਾਮ ਤੇ ਆਵਾ ਨਾਮ ਤੇ ਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਨ ਸੁਹਾਵਾ ਰਾਮ ਰਾਜੇ ਵਾਹਿਗੁਰੂ 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 ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਪਾਵਨ ਬਚਨ ਹਨ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ ਸ਼ੁਕਰਾਨਾ ਹੈ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅੱਜ ਦਾ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਪੰਨ ਹੋਇਆ ਧੰਨਵਾਦ ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਬੜੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਲਾਹਾ ਲਿੱਤਾ ਮੈਂ ਸਿਰਫ ਕੇਵਲ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਦੇ ਸਮਾਗਮ ਦੇ ਵਿੱਚ ਆਪਣੀ ਸੇਵਾਵਾਂ ਦਿੱਤੀਆਂ ਨੇ ਜੋੜਾ ਘਰ ਦੀ ਸੇਵਾ ਸੇਵਾ ਪੰਥੀ ਦਲ ਲੰਗਰ ਬਣਾਉਣ ਦੀ ਸੇਵਾ ਗੁਰੂ ਤੇਗ ਬਹਾਦਰ ਲੰਗਰ ਸੇਵਾ ਸੁਸਾਇਟੀ ਬੁੜਿਆ ਗੁਰਦੁਆਰਾ ਤੋਂ ਲੰਗਰ ਵਰਤਾਉਣ ਦੀ ਸੇਵਾ ਨਾਮਧਾਰੀ ਸੇਵਕ ਜਥਾ ਔਰ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਬਖਸ਼ਿਆ ਧੰਨਵਾਦ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਸਰਦਾਰ ਪਰਮਜੀਤ ਸਿੰਘ ਬੱਬੂ ਜੀ ਸਰਦਾਰ ਹਰਕੀਰਤ ਸਿੰਘ ਖੁਰਾਨਾ ਜੀ ਸਰਦਾਰ ਜਤਿੰਦਰ ਸਿੰਘ ਭਾਟੀਆ ਜੀ ਜੋ ਹਮੇਸ਼ਾ ਹੀ ਕਿਉਂਕਿ ਓਟ ਆਸਰਾ ਸੇਵਾ ਸੁਸਾਇਟੀ ਵੱਲੋਂ ਜਿੱਥੇ ਮਾਨਵਤਾ ਦੇ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਅਤੇ ਬਹੁਤ ਜਗ੍ਹਾ 'ਤੇ ਸਾਨੂੰ ਐਡਮਿਨਿਸਟ੍ਰੇਸ਼ਨ ਲੈਵਲ 'ਤੇ ਵੀ ਲੋੜ ਪੈਂਦੀ ਹੈ ਅਤੇ ਵੀਰ ਜੀ ਹਮੇਸ਼ਾ ਸੰਸਥਾ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ ਸੋ ਧੰਨਵਾਦ ਹੈ ਨਿਰਵੈਰ ਖਾਲਸਾ ਏਡ ਸਰਦਾਰ ਹਰਦੀਪ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਲੰਗਰ ਦੇ ਵਿੱਚ ਸੇਵਾ ਬਖਸ਼ੀ ਧੰਨਵਾਦ ਸਰਦਾਰ ਜਤਿੰਦਰ ਸਿੰਘ ਸੇਠੀ ਜੀ ਦਾ ਸਰਦਾਰ ਦਲਬੀਰ ਸਿੰਘ ਸੇਠੀ ਧੰਨਵਾਦ ਸਾਹਿਬਜ਼ਾਦਾ ਸੇਵਾ ਸੁਸਾਇਟੀ ਸਰਦਾਰ ਮਨਜੀਤ ਸਿੰਘ ਸਰਦਾਰ ਗੁਰਮੇਜ ਸਿੰਘ ਜਿਨ੍ਹਾਂ ਨੇ ਲੰਗਰ ਬਣਾਉਣ ਦੀ ਸੇਵਾ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀਆਂ ਵਾਲਿਆਂ ਨਾਲ ਕੋਆਰਡੀਨੇਟ ਕਰਕੇ ਇੱਥੋਂ ਦੀ ਸੇਵਾ ਲਿੱਤੀ ਧੰਨਵਾਦ ਸਰਦਾਰ ਰਜਿੰਦਰ ਸਿੰਘ ਸਲੈਕ ਸੋਨੀ ਵੀਰ ਜੀ ਹੋਰਾਂ ਦਾ ਜਿਨ੍ਹਾਂ ਨੇ ਅੱਜ ਫਰੂਟ ਕਸਟਰਡ ਦੀ ਸੇਵਾ ਬਣਾਉਣ ਦੀ ਸੇਵਾ ਲਿੱਤੀ ਧੰਨਵਾਦ ਹੈ ਸਮੂਹ ਸੰਸਥਾਵਾਂ ਦਾ
ਜਿਨ੍ਹਾਂ ਨੇ ਸਹਿਯੋਗ ਲਿੱਤਾ, ਸਰਦਾਰ ਅਨਮੋਲ ਸਿੰਘ ਖੁਰਾਨਾ ਜਿਨ੍ਹਾਂ ਨੇ ਸਾਊਂਡ ਦੀ ਸੇਵਾ ਲਿੱਤੀ, ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਵੱਲੋਂ ਲਾਈਵ ਟੈਲੀਕਾਸਟ ਦੀ ਸੇਵਾ ਕੀਤੀ ਗਈ, ਰੋਟਰੀ ਕਲੱਬ ਆਫ ਜਗਾਦਰੀ, ਹਰ ਮੈਦਾਨ ਫਤਿਹ, ਜੋਹਰ ਟਰੈਵਲਸ ਜਿਨ੍ਹਾਂ ਨੇ ਫਲੈਕਸ ਦੀ ਸੇਵਾ ਲਿੱਤੀ। ਸੋ ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਬੇਨਤੀ ਹੈ ਕਿ 15 ਅਪ੍ਰੈਲ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ, ਕਰਤਾਰਪੁਰਾ ਕਲੋਨੀ ਵਿਖੇ ਨਗਰ ਕੀਰਤਨ ਦੀ ਸੇਵਾ ਹੈ। ਨਗਰ ਕੀਰਤਨ ਨਿਕਲਣਾ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ, ਅਤੇ 16 ਤਰੀਕ ਰਾਤ ਦਾ ਉੱਥੇ ਮਹਾਨ ਕੀਰਤਨ ਦਰਬਾਰ ਹੈ, ਜਿਸ ਵਿੱਚ ਭਾਈ ਓਮਕਾਰ ਸਿੰਘ ਜੀ, ਭਾਈ ਸੁਰਿੰਦਰ ਸਿੰਘ, ਨਛੱਤਰ ਸਿੰਘ ਜੀ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਸੇਵਾ ਕਰਨੀ ਹੈ। ਮੈਂ ਧੰਨਵਾਦ ਕਰਾਂਗਾ ਪਾਟੀਆ ਜੀ ਦਾ, ਜਿਨ੍ਹਾਂ ਨੇ ਬਾਹਰ ਸ਼ੂਗਰ ਦੀ ਮੈਡੀਸਨ ਦੀ ਸੇਵਾ ਕਰ ਰਹੇ ਹਨ। ਵਾਹਿਗੁਰੂ ਜੀ ਕਾ